ਇਲੈਕਸ਼ਨ ਲਾੜੀ ਜਾਂ ਮੈਂ ਲੜਨਾ? ਚਲੋ ਲਾੜੀ ਇਲੈਕਸ਼ਨ ਬਣ। ਹਾਂ, ਮੈਂ ਤੁਹਾਡੇ ਇਲਾਕੇ ਚੋਂ ਉੱਠਿਆ ਖਲੋਤਾ, ਮੇਰੀ ਇਮਦਾਦ ਕਰੋ। ਬੜੀ ਇਮਦਾਦ ਕਰਸਾਂ ਆਇਆ ਸਾ, ਹਰ ਸਾਲ ਤਾਂ ਫਿਰ ਭੁਗਤਨੇ ਆ। ਹਾਂ, ਮੱਤੂ ਸਾਡਾ ਬੋਲ ਮੇਰੇ ਨਾਲ ਹੋਇਆ ਤੇ ਮੇਰੀ ਘਰੇ ਤੇ ਤੱਕ ਹੀ ਨਹੀਂ ਪਾਉਂਦੀ। ਫਿਕਰ ਨਾ ਕਰ, ਅਸਾਂ ਨਾਲ ਆਏ ਤੇ। ਹਾਂ, ਨਿਸ਼ਾਨ ਹੀ ਮੇਰਾ ਵੇਖ ਲਓ, ਪੰਪ ਹੀ ਨੇ। ਆਪ ਹੀ ਵੇਖੋ ਤੇ ਗਾਰੀ ਵੀ ਖਾਇਓ ਬਈ, ਇਸ ਤੇ ਮੁਹਰ ਲਾਉਣੀ। ਜੀ ਜੀ, ਤੇਰਾ ਨਿਸ਼ਾਨ ਹੀ ਵੇਖਿਆ, ਤੇਰਾ ਇਸ਼ਤਿਹਾਰ ਹੀ ਘਰ ਨਾਲ ਲਾਇਆ, ਜੇ ਸਿਰ ਦਾ ਲਾਇਆ, ਕੁੱਤਿਆਂ 'ਚ ਉਕ ਨਹੀਂ ਕੀਤੀ। ਕੁੱਤਿਆਂ 'ਤੇ ਬਹੁਕਣਾ, ਮੈਂ ਅੱਗੇ ਕਦਾਂ ਹੀ ਤੁਹਾਡੇ ਠੱਟੇ 'ਚ ਆਇਆ। ਚਲੋ ਦੇਦੇ ਹਾਂ ਤੈਨੂੰ, ਆਪ ਹੀ ਦਿਓ, ਸਹੁਰੇ ਤੂੰ ਲਾ ਦਿਓ, ਹਰ ਕਹਿ ਤੂੰ ਲਾ ਦੇ। ਸਾ ਪਹਿਲੂ ਤਾਂ ਸਾਨੂੰ ਆ ਪੁੱਲ ਬਣਵਾ ਦੇ, ਤੂੰ ਵੇਖ ਲਾ ਐਮ ਪੀ ਓ 'ਤੇ ਲੜੇ ਤੂੰ ਟੱਪ 'ਤੇ ਆਇਆ, ਬਣਵਾ ਦੇਣਾ। ਹਾਂ, ਮੈਂ ਸਾਰਾ ਬਜਟ ਲਾਵਣਾ ਹੀ ਤੂੰ ਆ 'ਤੇ। ਚੰਗੀ ਗੱਲ ਹੈ, ਸਾਡੇ ਵੋਟ ਥੋੜ੍ਹੇ ਨੇ। ਹਾਂ, ਅਤੇ ਮੈਂ ਥੋੜ੍ਹੀ ਮਿਹਨਤ ਕੀਤੀ ਹੈ, ਪੂਰੇ ਮੌਜੇ ਤੁਹਾਡਾ ਪਿਓ ਨਹੀਂ ਲੱਗਦਾ, ਮੈਂ ਲਾਹੌਰੂ ਵਾਂਝ ਬਣਵਾਇਆ। ਉਹ ਤਾਂ ਤੈਨੂੰ ਮੈਂ ਪਹਿਲੂ ਆਖਿਆ, ਨਾਵਾਂ ਦਾ ਸਾਜੀਆ ਫਰਕ ਹੈ, ਇਲੈਕਸ਼ਨ ਲੜਨਾ ਹੀ ਤਾਂ 20-25 ਪਿਓ ਹੱਥ 'ਚ ਰੱਖ। ਮੈਨੂੰ ਕੀ ਪਤਾ ਬਈ, ਸਾਰਾ ਮੌਜਾ ਹੀ ਨਹੀਂ, ਉਹ ਵਿੱਚ ਗਲਤੀ ਹੋ ਗਈ। ਹੋਰ ਤਰੀਕ ਦੱਸ, ਕਿਹੜੀ ਦੀਵਾਰ ਭੁਗਤਣਾ? 25 ਤਰੀਕ ਨੂੰ ਸਕੂਲ 'ਚ ਆ ਦੇਣੀ ਨੇ ਪਰਚੀ ਮੈਨੂੰ। ਬਸ ਮੁੜ 25 ਦੀ ਸ਼ਾਮ ਨੂੰ 3-4 ਟੈਕਸੀਆਂ ਭੇਜ ਦੇਣੀ, ਉੱਥੋਂ ਲਈ ਆਵੇ ਅੱਲਾ ਦਾ ਬੰਦਾ ਟੈਕਸੀ, ਮੈਂ ਪੈਸੇ ਦੇਣੇ। ਇਸੇ ਕੋ ਕੂੜ ਹੈ ਜਿਹੜੇ ਜੋਂ ਤੋਂ ਨਿਕਲਿਆ ਖਲਾ, ਇਹ ਵੀ ਟੈਕਸੀ ਹੈ। ਆ ਬੰਦਾ ਇਹਨੂੰ ਨਹੀਂ ਤਾਂ ਕਿਰਾਇਆ ਭਰੀ ਵੇ, ਸਾਰੀ ਟੈਕਸੀ ਹੋ ਗਈ। ਹਾਂ, ਭੁਗਤੋ ਭੁਗਤੋ, ਜਲਦੀ ਕਰੋ, ਟਾਈਮ ਪੈਂਦਾ ਪਿਆ। ਆਏ ਖਲਿਆ, ਲਾਈਨ ਬਣਾ ਕੇ ਲੱਗੇ ਖਲਿਆ, ਤੋ ਬੂਹੇ ਤੇ ਖਲੋ, ਜਿਹੜਾ ਬੂਹੇ ਤੇ ਨਿਕਲੇ ਆਖੀ ਮਿਹਰਬਾਨੀ 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 ਨਾ ਕਹਿ, ਜਿਹੜਾ ਨਹੁੰ ਤੇ ਲੀਕ ਲਵਾਈ ਆਉਂਦਾ। ਇਹ ਤਾਂ ਤੁਹਾਨੂੰ ਰੋਲਾ, ਜਿਹੜਾ ਇੱਕ ਵਾਰੀ ਬੂਹੇ ਤੇ ਲਾਇਆ ਤਾਂ ਨਿਸ਼ਾਨੀ ਲਾ ਲੈਂਦੇ ਹੋ। ਯਾ, ਦੂਈ ਵਾਰੀ ਤਾਂ ਆਰਡਰ ਨਹੀਂ ਨਾ, ਨਹੀਂ ਦੂਈ ਵਾਰੀ ਬੰਦਾ ਬੂਹੇ ਤੇ ਨਹੀਂ ਛੱਡ, ਕਾਨੂੰਨ ਬੜਾ ਉੱਚਾ ਹੈ। ਇਹ ਤੂੰ ਕਿਹੜੀ ਕੌਮ ਦਾ, ਹਰ ਕਹਿਣ ਦੀ ਸਦੋਕੜੀ ਤੇ ਜਿੰਦਰਾ ਬੱਧ ਹੋਇਆ, ਤੇਰੀ ਤੇ ਲੀਰ ਬੱਧੀ ਹੋਈ। ਬਸ ਕਹਿ ਵੋਟਾਂ ਦੀ ਡੱਠੀ, ਹੁਣ ਮੇਰਾ ਤਾਂ ਮੁਕਾਲਾ ਹੋਣਾ ਹੀ ਹੋਣਾ। ਮੁੜ ਖੁਸ਼ ਹੋ ਜੂ, ਉਹ ਪਾਏਗੀ ਹੋਈ, ਨਿਸ਼ਾਨੀ ਦੇਗੀ ਹੋਈ, ਬਣ ਗਿਆ। ਹੁਕਮ ਕਰੋ ਜੀ, ਹੋ ਜੇ ਕੰਮ ਆਖੋ ਤੁਹਾਡੇ, ਮੈਂ ਧੰਦੇ ਦੋਵਾਂ। ਸਕੂਲ ਬਣਵਾ, ਨੌਕਰੀਆਂ ਲਵਾ। ਸਕੂਲ ਹੀ ਤੁਹਾਡੇ ਕੋਲ ਸ਼ੁਰੂ ਕਰਾ ਦਿੱਤਾ, ਗੋਬਾਲ ਭੜੇ ਹੋਏ ਨੇ ਸਾਰੇ ਭੜੇ ਹੋਏ। ਸਭ ਤੋਂ ਪਹਿਲੇ ਸਾਡੇ ਠੱਟੇ ਦਾ ਗੰਦਾ ਪਾਣੀ ਕੱਢ। ਵਾਕਿਆ ਭਾਈ, ਪਾਣੀ ਬਹੁ ਗੰਦਾ ਹੈ, ਮੈਂ ਜੈਸੇ ਲਵੋਟ ਮੰਗਣ ਗਿਆ, ਮੈਂ ਆਪ ਹੀ ਮੂੰਹ ਵਲੇਟ ਤੇ ਨੰਦੇ ਘਰ ਗਿਆ। ਜੀਆਂ ਸਾਹਿਬ ਵਿੱਚ ਤਾਂ ਪਾਣੀ ਬਹੁ ਹੈ। ਇਹ ਤਾਂ ਸ਼ੁਕਰ ਕਰ ਜੋ ਮੈਂ ਆਪਣਾ ਤੁਹਾਡੇ ਗੰਦ ਪੈ ਨਿਕਲਦਾ, ਨਹੀਂ ਤੇ ਤਾਂ ਨਿਸ਼ਤਾ ਤੁਰਾ ਨਿਕਲਣੇ ਕੀ ਨਹੀਂ। ਨਹੀਂ ਨਹੀਂ, ਸਾਹਿਬ ਰੇਜ ਦਾ ਹੁੰਦਾ, ਸਾਹਿਬ ਰੇਜ ਦਾ ਨਿਸ਼ਤਾ ਨਾਲ ਕਿਹਾ ਜੋ ਦੰਮੀਆਂ ਨੇ ਉੱਠੇ ਸੀ, ਝੂੜਾ ਤੇਰੇ ਬੂਹੇ ਤੇ ਆਇਆ ਖਲੋਤਾ ਸੀ। ਕਿਆ ਹੁਕਮ ਕੀਤੀ? ਆ, ਮੈਂ ਤੁਹਾਡੇ ਸਾਰੇ ਕੰਮ ਕਰਨ ਵਾਸਤੇ ਤਿਆਰ ਹਾਂ। ਬਿਜਲੀ ਲਵਾ ਦੇ, ਲੱਗ ਗਏ ਨੇ, ਆਹ ਖੰਭੇ ਲੱਗੇ ਖਲੋਤੇ ਨੇ, ਅੰਦਰ ਵੈਰੰਗ ਹੋਈ ਕਲੀ। ਮੈਂ ਮੁੜ ਮੈਂ ਬੂਹੇ ਟਪਾ ਤੇ ਆਟਾ ਉਸ ਅੰਦਰ ਵਰਤੀ ਰੱਖਿਆ ਵਰਤੀ, ਗਲੇ ਸੇ ਤਾਂ ਵਰਤੀ ਸਾਂ, ਉਹ ਆਪ ਪੜ ਗਏ ਨੇ, ਵਰਤੋ ਵਰਤੇਂਦੇ ਪਏ ਹਾਂ। ਹਾਂ,
ਲੋਡ ਸ਼ੈਡਿੰਗ ਤੋਂ ਕਰਦੇ ਹੋ? ਲੋਡ ਸ਼ੈਡਿੰਗ ਪਿੱਛੋਂ ਆਉਂਦੀ, ਮੈਂ ਤੁਹਾਡੀ ਰੇਤ ਤੋਂ ਘਰੋਂ ਨਹੀਂ ਛਿਕਦਾ। ਲੋਡ ਸ਼ੈਡਿੰਗ ਘਟਾਇਓ, ਕੰਮ ਅਜ ਕੰਮ ਰੀਤੇ ਪੱਕੇ ਲੈ ਤਾਂ ਗਲੀ 'ਚ ਕਰੋ। ਲੈ ਭਾਈ ਮੀਟਰ ਕੁੰਨੀ ਨਾਲ ਲੱਗਾ ਖਰਾ, ਉਹ ਚਾਨਣ ਹੁੰਦਾ। ਅੱਜ ਖੰਭੇ 'ਤੇ ਲਿਖਿਆ ਖਲੋ ਤੈਨੇ ਭੈਣ ਫਤੀ ਵੰਜੇ ਬਿਰਾ ਨਹੀਂ ਛੁੜਾ ਸਕਦਾ। ਹਾਂ ਜੇ ਬੰਦਾ ਟਾਇਰ ਦੀ ਜੁੱਤੀ ਪਾਈ ਵਧੋ, ਫਿਰ ਭਾਵੇਂ ਤੇਰੀ ਨਗੀਆਂ 'ਤੇ ਚੜ੍ਹ ਵੰਜੇ, ਕੋਈ ਨਹੀਂ ਹੁੰਦਾ। ਜਿਨ੍ਹਾਂ ਨੂੰ ਨਹੀਂ ਬੂਟ ਆਉਂਦਾ ਉਹ ਤਾਂ ਚੌਦੇ ਮਾਰ ਗਏ। ਨਹੀਂ ਨਹੀਂ, ਅਸਾਂ ਬੜਾ ਇਤਿਹਾਸ ਕਰੇ ਨੇ, ਸੁੱਕੇ ਸੁੱਕੇ ਦੇ ਕੋਲ ਆਉਂਦੇ ਹਾਂ। ਹਾਂ ਸਾਨੂੰ ਪਤਾ ਨਹੀਂ, ਇਹ ਤਾਂ ਥੋਕ ਤੋਂ ਝੇੜ ਪਾਉਂਦੀ ਹੋਈ ਅਤੇ ਤੁਹਾਡੇ ਘਰ ਬਹੁਤ ਥੋਕ ਲੱਗਦੀ ਹੈ। ਉਂਝ ਮੁੜ ਬੰਦਾ ਵਾਧਾ ਜੂ ਹੋਇਆ। ਹਾਂ ਵਰਤੋ, ਐਸ਼ ਕਰੋ। ਕਿਹਦਾ ਮੈਂ ਮਹਿਮਾਨ ਤੁਹਾਨੂੰ ਸੁੱਖ ਵਿਖਾਇਆ? ਕੀ ਹੈ ਸੁੱਖ ਵਿਖਾਇਆ? ਰਾਤੀ ਮੱਝਾਂ ਜੋੜਨ ਲੱਗਾ ਹੈ, ਲੱਗੀ ਗਈ ਹੈ। ਉਸ ਵੇਲੇ ਜਾਗਦੇ ਆ, ਤੇਰੇ ਘਰੋਂ ਲੱਗੀ ਗਈ ਹੈ, ਤੇਰੇ ਪਿਓ ਦੇ ਘਰੋਂ ਲੱਗੀ ਗਈ ਹੈ। ਉਸ ਵੇਲੇ ਮੈਂ ਫੋਨ ਕੀਤਾ, ਹਾਈ ਜਨਾਬ ਦੇ ਘਰ ਹੀ ਗਾਈ ਦਾ। ਚਲ ਲੋਡ ਸ਼ੈਡਰ ਗਾ ਨੰਬਰ, ਤੁਸੀਂ ਮਜ਼ਦੂਰ ਪੁੱਛੋ ਆ, ਤੁਸੀਂ ਹੋਟਲਾਂ 'ਤੇ ਪੁੱਛਦੇ ਰਹੇ ਹੋ, ਇੱਥੇ ਆਈ ਤਾਂ ਨਹੀਂ, ਇਹ ਪਿੱਛਾ ਗਰੇਡੇ 'ਚੋਂ ਚਾਨਣ ਕਰ ਦਿੱਤੇ ਨੇ ਤੁਹਾਨੂੰ ਰੋਸ਼ਨੀਆਂ। ਮੇਲ 'ਤੇ ਬੈਠਾ ਬੰਦਾ ਸਿੱਜਣੇ ਹੁੰਦੇ, ਉਹ ਫਲਾਣਾ ਲੱਗਿਆ ਪੈਂਦਾ ਮਹਿੰਦੀਆਂ, ਜੇ ਏਡਾ ਨੇਰਾ ਹੁੰਦਾ ਸਮਾਣੀ ਸਮੇਂ 'ਤੇ ਪਿਓ ਦੀਆਂ ਚੁੰਮੀਆਂ ਲਈ ਰੱਖਦਾ।